ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਦੇ ਵਿੱਚ ਬੈਠੀ ਸਾਧ ਸੰਗਤ ਜੀ, ਅੱਜ ਸਾਰੀ ਸੰਗਤ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਦੀ ਵਰਸੀ ਉੱਤੇ ਆਪਾਂ ਸਾਰੇ ਇਕੱਤਰ ਹੋਏ ਹਾਂ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਾਰੇ ਆਪਾਂ ਇਕੱਤਰ ਹੋਏ ਹਾਂ। ਜੂਨ 1984 'ਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅਟੈਕ ਹੋਇਆ, ਉਸ ਤੋਂ ਬਾਅਦ ਉਸ ਵੇਲੇ ਸਿੱਖ ਨੌਜਵਾਨਾਂ ਨੇ ਇੰਡੀਅਨ ਸਟੇਟ ਦੇ ਸਾਹਮਣੇ ਖੜ ਕੇ ਇੱਕ ਹਥਿਆਰਬੰਦ ਸੰਘਰਸ਼ ਲੜਿਆ, ਜਿਹੜਾ ਉਸ ਵੇਲੇ ਸਮੇਂ ਦੀ ਮੰਗ ਸੀ। ਜੇ ਅੱਜ ਖਾਲਸਾ ਪੰਥ ਦੀ ਪੂਰੇ ਵਰਲਡ ਦੇ ਵਿੱਚ ਚੜ੍ਹਤ ਹੈ, ਤਾਂ ਇਹ ਉਹਨਾਂ ਨੌਜਵਾਨਾਂ ਦੀ ਦੇਣ ਹੈ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਉਹਨਾਂ ਤੋਂ ਬਾਅਦ ਐਡਾ ਵੱਡਾ ਹਥਿਆਰਬੰਦ ਸੰਘਰਸ਼ ਲੜਿਆ ਔਰ ਸ਼ਹਾਦਤਾਂ ਦਿੱਤੀਆਂ। ਉਸ ਸਮੇਂ ਬਹੁਤ ਸਿੰਘਾਂ ਦੇ ਦਰਸ਼ਨ ਕਰਨ ਦਾ ਸਾਨੂੰ ਵੀ ਮੌਕਾ ਮਿਲਿਆ। ਸੰਤ ਜਰਨੈਲ ਸਿੰਘ ਉਹਨਾਂ ਦੇ ਵੀ ਦਰਸ਼ਨ ਕਰਨ ਦਾ ਸਾਨੂੰ ਧਰਮ ਯੁੱਧ ਮੋਰਚੇ 'ਚ ਸਾਡੇ ਉੱਥੇ ਬੱਸ ਜਾਂਦੀ ਹੁੰਦੀ ਸੀ, ਮੈਂ ਔਰ ਕੁਲਵਿੰਦਰ ਸਿੰਘ, ਅਸੀਂ ਵੀ ਉੱਥੇ ਗਏ। ਉਸ ਵੇਲੇ ਬੱਚੇ ਸੀਗੇ, ਬਹੁਤ ਛੋਟੀ ਉਮਰ ਸੀ, ਲੇਕਿਨ ਸ਼ੁਰੂ ਤੋਂ ਸੰਤ ਜਰਨੈਲ ਸਿੰਘ ਉਹਨਾਂ ਤੋਂ ਲੈ ਕੇ ਅੱਜ ਤੱਕ ਇਸ ਸੰਘਰਸ਼ ਨਾਲ ਜੁੜੇ ਹੋਏ ਹਾਂ। ਔਰ ਸਾਡੇ ਪਰਿਵਾਰ ਨੇ ਹਮੇਸ਼ਾ ਭਾਈ ਦਲਜੀਤ ਸਿੰਘ ਹੋਣੀ ਜਾਂ ਜਿੰਨੇ ਵੀ ਹੋਰ ਸਿੰਘ, ਬਹੁਤ ਸਿੰਘ ਸਾਡੇ ਕੋਲ ਵੀ ਉੱਥੇ ਰਹਿੰਦੇ ਰਹੇ, ਸਾਰਿਆਂ ਦਾ ਹਮੇਸ਼ਾ ਸਮਰਥਨ ਕੀਤਾ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਕਿ ਆਪਾਂ ਸਿੱਖ ਮਰਨ ਤੋਂ ਬਾਅਦ, ਸ਼ਹਾਦਤ ਤੋਂ ਬਾਅਦ ਬੰਦੇ ਨੂੰ ਥੋੜ੍ਹਾ ਜਿਹਾ ਮਾਣ ਇੱਜ਼ਤ ਦਿੰਦੇ ਹਾਂ। ਸ਼ਹਾਦਤ ਤੋਂ ਬਾਅਦ ਜਿਉਂਦੇ ਜੀ ਨਹੀਂ। ਜੇ ਜੂਨ 1984 'ਚ ਸੰਤ ਜਰਨੈਲ ਸਿੰਘ ਉਹਨਾਂ ਦਾ ਸਾਥ ਦਿੱਤਾ ਹੁੰਦਾ ਤਾਂ ਅੱਜ ਪੰਥ ਜਿਵੇਂ ਰੁੜ ਰਿਹਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਹੋਣੀ। ਉਸ ਤੋਂ ਬਾਅਦ ਕਿੱਡਾ ਲੰਬਾ ਹਥਿਆਰਬੰਦ ਸੰਘਰਸ਼ ਪੰਜਾਬ ਦੇ ਨੌਜਵਾਨਾਂ ਨੇ ਲੜਿਆ, ਗੁਰੂ ਦੇ ਸਿੱਖਾਂ ਨੇ ਲੜਿਆ, ਉਹਨਾਂ ਨੂੰ ਵੀ ਆਪਾਂ ਕਿੰਨੇ ਕੁ ਸਮਰਪਿਤ ਹੈ। ਪਿਛਲੇ ਦਿਨੀ ਮੈਂ ਦੇਖ ਰਿਹਾ ਸੀਗਾ ਕਿ ਸਿੱਖ ਕੌਮ ਦੇ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਹੁੰਦੀ ਹੈ ਅਤੇ ਦੋ ਦੋ ਟਕੇ ਦੇ ਬੰਦੇ ਉਹਨਾਂ 'ਤੇ ਵੀ ਕਿੰਤੂ ਪਰੰਤੂ ਕਰ ਰਹੇ ਸੀ, ਜਿਨ੍ਹਾਂ ਨੇ ਸਾਰਾ ਜੀਵਨ ਪੰਥ ਦੇ ਲੇਖੇ ਲਾਤਾ, ਜਵਾਨੀ ਪੰਥ ਦੇ ਲੇਖੇ ਲਾਤੀ, ਹਥਿਆਰਬੰਦ ਸੰਘਰਸ਼ ਲੜਿਆ ਔਰ ਆਪਣਾ ਜਿਹੜਾ ਰਹਿੰਦਾ ਜੀਵਨ ਸੀ ਉਹ ਗੁਆਂਢੀ ਦੇਸ਼ ਵਿੱਚ ਗੁਜ਼ਾਰਿਆ, ਅਤੇ ਉਹਨਾਂ ਨੂੰ 'ਤੇ ਵੀ ਆਪਾਂ ਜਦ ਇਲਜ਼ਾਮ ਲਾ ਦਿੱਤੇ। ਅੱਜ ਆਪਾਂ ਖੜ੍ਹੇ ਕਿੱਥੇ ਹਾਂ? ਅੱਜ ਲੋੜ ਹੈ ਕਿ ਇੱਕ ਸਿਧਾਂਤ ਦੀ, ਇੱਕ ਸੰਤ ਜਰਨੈਲ ਸਿੰਘ ਉਹਨਾਂ ਦੀ ਜਿਹੜੀ ਗੱਲ ਤੋਰੀ ਸੀ ਕਿ ਉਹਨੂੰ ਅੱਗੇ ਨੌਜਵਾਨ ਕਿਸ ਤਰ੍ਹਾਂ ਤੋਰ ਰਹੇ ਨੇ। ਜਿੱਡਾ ਵੱਡਾ ਹਥਿਆਰਬੰਦ ਸੰਘਰਸ਼ ਸਿੱਖ ਕੌਮ ਨੇ ਲੜਿਆ, ਉਹ ਸਾਰੇ ਦਾ ਸਾਰਾ ਸੁਨਹਿਰੀ ਦੌਰ ਸੀ ਖਾਲਸਾ ਪੰਥ ਦਾ। ਅੱਜ ਵੀ ਨੌਜਵਾਨ ਮਰ ਰਹੇ ਨੇ। ਅੱਜ ਕਿਵੇਂ ਮਰ ਰਹੇ ਨੇ? ਅੱਜ ਨਸ਼ਿਆਂ ਨਾਲ ਮਰ ਰਹੇ ਨੇ। ਉਸ ਵੇਲੇ ਨੌਜਵਾਨ ਸ਼ਹਾਦਤਾਂ ਦੇ ਰਹੇ ਸੀ ਪੰਥ ਦੀ ਚੜ੍ਹਦੀ ਕਲਾ ਲਈ, ਲੇਕਿਨ ਉਹ ਜਿਹੜਾ ਦੌਰ ਸੀ, ਸਾਡੇ ਲੀਡਰ ਜਿਹੜੇ ਸੱਤਾਧਾਰੀ ਲੋਕ ਨੇ ਉਹਨੂੰ ਕਾਲਾ ਦੌਰ ਦੱਸਦੇ ਨੇ, ਜਦਕਿ ਉਹ ਪੰਥ ਦਾ ਇੱਕ ਸੁਨਹਿਰੀ ਦੌਰ ਸੀ। ਮੌਜੂਦਾ ਸਮੇਂ ਵਿੱਚ ਵੀ ਕਿੱਡੀਆਂ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਨਾਂ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਦਾ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਲਾਲ ਸਿੰਘ ਹੋਣੀ, ਹੋਰ ਬਹੁਤ ਸਿੰਘ ਨੇ, ਜਿਹੜਾ ਹੁਣ ਸਮੇਂ ਜੇਕਰ ਇਹ ਸਿੰਘ ਚੜ੍ਹਦੀ ਕਲਾ ਵਿੱਚ ਨਾ ਹੁੰਦੇ, ਗੁਰੂ ਦੀ ਬਖਸ਼ਿਸ਼ ਨਾ ਹੁੰਦੀ, ਤਾਂ ਜਿਹੜੀ ਹੁਣ ਵਾਲੀ ਪੀੜ੍ਹੀ ਆ ਨਾ, ਤਾਂ ਇਹਨਾਂ ਨੂੰ ਉਸ ਐਡੇ ਵੱਡੇ ਸੰਘਰਸ਼ ਦਾ ਪਤਾ ਹੀ ਨਹੀਂ ਸੀ ਲੱਗਣਾ। ਭਾਈ ਦਲਜੀਤ ਸਿੰਘ ਉਹਨਾਂ ਨੇ ਦੋ ਕਿਤਾਬਾਂ ਲਿਖੀਆਂ ਅਤੇ ਉਹਦੇ ਵਿੱਚ ਦੇਖੋ ਕਿ ਉਹ ਕਿੰਨੀਆਂ ਵਧੀਆ ਉਹਨਾਂ ਨੇ ਲਿਖਿਆ ਕਿ ਕਿੰਨੇ ਅਣਗੌਲੇ ਸਿੱਖ ਪਰਿਵਾਰ ਅਜਿਹੇ ਸਾਡੇ ਗੁਰਸਿੱਖ ਜੀਵਨ ਵਾਲੇ ਜਿਨ੍ਹਾਂ ਦੇ ਬਾਰੇ ਪੰਥ ਨੂੰ ਪਤਾ ਹੀ ਨਹੀਂ ਹੈਗਾ। ਅਤੇ ਅੱਜ ਲੋੜ ਹੈ ਸੰਤ ਜਰਨੈਲ ਸਿੰਘ ਉਹਨਾਂ ਦਾ ਜਿਹੜਾ ਸੰਘਰਸ਼ ਹੈ, ਜਿਹੜਾ ਧਰਮ ਯੁੱਧ ਮੋਰਚਾ ਹੈ, ਸੁਰਿੰਦਰ ਸਿੰਘ ਕਿਸ਼ਨਪੁਰੇ ਨੇ ਵੀ ਇਹ ਗੱਲ ਦੱਸੀ ਕਿ ਧਰਮ ਯੁੱਧ ਮੋਰਚਾ ਸਮਾਪਤ ਥੋੜ੍ਹਾ ਹੋ ਗਿਆ। ਧਰਮ ਯੁੱਧ ਮੋਰਚਾ ਜਿੰਨਾ ਚਿਰ ਜਿਸ ਗੱਲ ਲਈ ਲੱਗਿਆ ਸੀ ਉਹ ਗੱਲਾਂ ਪੰਥ ਪੂਰੀਆਂ ਨਹੀਂ ਕਰ ਲੈਂਦਾ, ਉਨਾ ਚਿਰ ਧਰਮ ਯੁੱਧ ਮੋਰਚਾ ਚੱਲਦਾ ਹੈ ਅਤੇ ਚੱਲਦਾ ਹੀ ਰਹਿਣਾ। ਇਸ ਵਾਸਤੇ ਆਪਾਂ ਨੂੰ ਅੱਜ ਸਾਰਿਆਂ ਨੂੰ ਇਕੱਠੇ ਹੋ ਕੇ ਉਹਨਾਂ ਸਾਡੇ ਨੌਜਵਾਨਾਂ ਦਾ ਸਹਿਯੋਗ ਕਰਨ ਦੀ ਲੋੜ ਹੈ, ਜਿਨ੍ਹਾਂ ਨੇ ਉਸ ਵੇਲੇ ਇੱਕ ਇਤਿਹਾਸ ਲਿਖਤਾ ਇਸ ਧਰਤੀ 'ਤੇ, ਦਿਖਾ ਦਿੱਤਾ ਕਿ ਦਸਮ ਪਾਤਸ਼ਾਹ ਦੇ ਪੁੱਤਰ
धरती ते जिउंदे ने और जिन्ना चिर जिउंदे ने तां इस पंथ बारे इस संत जरनैल सिंह उन्हां वाले जिहड़ा संघर्ष उन्होंने रंभिया उहदे वल कोई अख चक के नहीं देख सकता। पंथ हमेशा लड़दा रहूगा। असी भी जिन्ने जोगे हैं भाई साहब उन्हां दे नाल भाई दलजीत सिंह उन्हां नाल हर एक गुरु के सिखां दे नाल सहयोग करदे आ। आओ आपां सारे रल के जिहड़े सिंह चढ़दी कला विच ने इन्हां दा सहयोग करिए, इन्हां तों सेध लै के चलीए, क्योंकि इन्हां ने उह संघर्ष सारा लड़िया और जिहड़ी उह पीड़ा पंथ दी उह अपने पिंडे ते हंडाई है। मौजूदा समय दे विच इहो जी कोई गल नहीं हुई। आपां देखिआ मौजूदा समय दे विच तां पुलिस हत्थ भी नहीं लाउंदी और कदे उन्होंने हुण वाले समय च लाया ही नहीं। जदों भाई सतपाल सिंह उन्होंने संघर्ष लड़े ने, भाई दलजीत सिंह उन्होंने, भाई लाल सिंह उन्होंने संघर्ष लड़े ने, उस वेले जिन्ना तशद्दद सिखां ते होया शायद मुगलां दे तशद्दद नूं भी मात पाती सी, लेकिन गुरु के सिख लड़दे रहे। साडियां उह मावां, साडियां उह बीबियां, साडियां उह भैणां लेकिन डट के अडोल खड़ियां रहियां, गुरु साहब की कृपा रही। आओ आपां उन्हां नूं सच्ची शरदा, आपां की शरदा दे फुल भेट कर सकते हैं कि सारा कुछ पंथ लई निशावर करता। इस तरह मैं भाई साहब नाल गल कर रहा सी कि जिन्ने सिंह अपने शहीद होए ने सारियां दे पिंडां विच इस तरह यार उन्हां नूं आपां याद तां करिए ना। अज आपां देखो किन्ने अक नूं आपां याद करदे हां, किन्ने अक दीआं यादगारां मनाउंदे हां। भाई साहब ने बड़ी चढ़दी कला वाली गल करी, उन्होंने कहा कि हुण आपां इह शुरू करांगे। पिछले लंबे समय तो यह कर रहे ने, पिछे जे काफ़ी जिहड़ियां वर्सियां ने उह मनाईआं गईआं, भाई हरजिंदर सिंह जिंदे, भाई सुखदेव सिंह सुखे उन्हां दी वी हुण वर्सी मनाई जा रही, उन्हां दे पिंड कल परसों जा के कमेटी बना के आए ने। सो सारियां दा अपना फर्ज बनता, नगर वालियां दा भी, इलाके वालियां दा भी, जिथे किते भी अपने सिंह जून 1984 तो बाद शहीद होए ने यार उन्हां नूं आपां याद तां करिए। उन्हां दी बदौलत अज पंथ चढ़दी कला च है। जे उस वेले सिख नौजवान एडा जोरदार जवाब ना दिंदे ना तां सारे खुड्डां च उन्हां ने बाड़ देने सी। सो आओ सारे आपां भाई सतपाल सिंह उन्हां नूं याद करदे आं, उन्हां नूं सच्ची शरदा दे फुल भेट करिए। वाहिगुरू जी का खालसा, वाहिगुरू जी की फतेह। Thank you.